260 ਸਮਗਲਰਸ ਨੂੰ। ਔਰ ਇਸ ਸਮੇਂ ਦੌਰਾਨ 49 ਲੱਖ ਰੁਪਇਆ ਜਿਹੜਾ ਡਰੱਗ ਮਨੀ ਜਿਹੜੀ ਆ ਅਲੱਗ ਅਲੱਗ ਜ਼ਿਲ੍ਹਿਆਂ ਨੇ ਰਿਕਵਰ ਕੀਤੀ ਹੈ। ਔਰ 147.5 ਕਿਲੋ ਜਿਹੜੀ ਆਪਾਂ ਹੈਰੋਇਨ ਇਫੈਕਟਿਵ ਰਿਕਵਰੀ ਕਰਾਈ ਸੀ ਗੁਜਰਾਤ ਅਤੇ ਮਹਾਰਾਸ਼ਟਰਾ ਦੇ ਵਿੱਚ, ਉਸ ਤੋਂ ਇਲਾਵਾ ਪੰਜਾਬ ਦੇ ਵਿੱਚੋਂ 30 ਕਿਲੋ ਹੈਰੋਇਨ ਇਸ ਟਾਈਮ ਦੇ ਵਿੱਚ, 75 ਕਿਲੋ ਓਪੀਅਮ, 69 ਕਿਲੋ ਗਾਂਜਾ, 185 ਕੁਇੰਟਲ ਯਾਨੀ ਕਿ 18,500 ਕਿਲੋ ਪੋਪੀ ਹਸਕ, ਔਰ 12.5 ਲੱਖ ਜਿਹੜੀਆਂ ਨੇ ਟੈਬਲੇਟਸ ਉਹ ਇਸ ਪੀਰੀਅਡ ਦੇ ਵਿੱਚ ਰਿਕਵਰ ਕੀਤੀਆਂ। ਇਹ ਜਿਹੜਾ ਮਾਨਯੋਗ ਸੀ ਐੱਮ ਸਾਹਿਬ ਦੀਆਂ ਹਦਾਇਤਾਂ 'ਤੇ ਇਹ ਜਿਹੜੀ ਪਰਫੋਰਮੈਂਸ ਆ ਇਹਨੂੰ ਹੁਣ ਪ੍ਰੋਪਰ ਇਹਦਾ ਐਨਾਲਿਸਿਸ ਕੀਤਾ ਜਾਏਗਾ। ਔਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ 3 ਜਿਹੜੇ ਨੇ ਟੌਪ ਮੋਸਟ ਜਿਨ੍ਹਾਂ ਨੇ ਸਭ ਤੋਂ ਵਧੀਆ ਪਰਫੋਰਮ ਕੀਤਾ ਉਹ ਜਲਦੀ ਜ਼ਿਲ੍ਹੇ ਆਈਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਰਿਵਾਰਡ ਕੀਤਾ ਜਾਏਗਾ। ਔਰ ਇਹ ਜਿਹੜੀ ਮੁਹਿੰਮ ਆ ਇਹ ਜਿਹੜੀ ਮਹੀਨਾ ਹੋ ਗਿਆ ਹੁਣ, ਸਿਮੀਲਰਲੀ ਹਰ ਮਹੀਨੇ ਇੱਕ ਪਰਫੋਰਮੈਂਸ ਐਨਾਲਿਸਿਸ ਕਰਕੇ ਔਰ ਉਹਨਾਂ ਦੀਆਂ ਅਚੀਵਮੈਂਟਸ ਦੇ ਹਿਸਾਬ ਨਾਲ ਜ਼ਿਲ੍ਹਿਆਂ ਨੂੰ ਰਿਵਾਰਡ ਕੀਤਾ ਜਾਏਗਾ। ਔਰ ਜਿਹੜੀ ਪਿਛਲੇ ਹਫ਼ਤੇ ਦੀ ਜਿਹੜੀ ਰਿਕਵਰੀ ਹੈ ਜਿਹੜੀ ਕਿ ਇਹਦੇ ਵਿੱਚ ਹੀ ਮੈਂ ਜਿਹੜੀ ਰਿਕਵਰੀ ਦੱਸੀ ਇਹਦਾ ਹੀ ਪਾਰਟ ਆ, ਉਹ ਪਿਛਲੇ ਹਫ਼ਤੇ 453 ਜਿਹੜੇ ਸਮਗਲਰ ਆ ਉਹ ਅਰੈਸਟ ਕੀਤੇ ਆ, 329 FIR ਦਰਜ ਕੀਤੀਆਂ ਔਰ 8.4 ਕਿਲੋ ਹੈਰੋਇਨ, 10 ਕਿਲੋ ਓਪੀਅਮ ਔਰ 21 ਕੁਇੰਟਲ ਪੋਪੀ ਹਸਕ ਰਿਕਵਰ ਕੀਤੀ ਹੈ ਪਿਛਲੇ ਹਫ਼ਤੇ, ਔਰ 10.46 ਲੱਖ ਰੁਪਇਆ ਜਿਹੜਾ ਹੈ, ਮਤਲਬ 10,46,000 ਜਿਹੜੇ ਨੇ ਰੁਪਏ ਉਹ ਰਿਕਵਰ ਕੀਤੇ ਗਏ ਆ ਡਰੱਗ ਮਨੀ ਦੇ ਤੌਰ ਦੇ ਉੱਤੇ। ਇਸੇ ਸਮੇਂ ਦੇ ਦੌਰਾਨ ਜਿਹੜੇ ਪੁਲਿਸ ਅਫੀਸ਼ਲਸ ਨੇ ਜਿਹੜੀਆਂ ਬਲੈਕ ਸ਼ੀਪ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਨੇ ਮਾੜਾ ਕੰਮ ਵੀ ਕੀਤਾ ਹੈ, ਉਹਨਾਂ ਦੇ ਵਿੱਚ 6 ਪੁਲਿਸ ਅਫੀਸ਼ਲਸ 'ਤੇ ਐਕਸ਼ਨ ਲਿਆ, ਜਿਹਦੇ ਵਿੱਚ ਇੱਕ DSP ਹੈ ਔਰ ਇੱਕ ਇੰਸਪੈਕਟਰ ਆ ਜਿਹੜਾ ਡਿਸਮਿਸ ਵੀ ਕੀਤਾ ਹੈ, ਔਰ 2 ASI, ਇੱਕ ਸਬ ਇੰਸਪੈਕਟਰ ਔਰ ਇੱਕ ਹੈੱਡ ਕੋਂਸਟੇਬਲ, ਜਿਹਦੇ ਵਿੱਚ 4 ਨੂੰ ਡਿਸਮਿਸ ਕੀਤਾ ਗਿਆ ਵਾ, ਇੱਕ ਨੂੰ ਕਰਿੰਡਾ ਜਿਹੜਾ ਐਡੀਸ਼ਨਲ SHO ਸੀ ਉਹ ਅਰੈਸਟ ਹੋਇਆ ਹੈ, ਇੱਕ DSP ਨੂੰ ਅਰੈਸਟ ਕੀਤਾ ਗਿਆ ਵਾ। ਸੋ ਜਿਹੜੀ ਜ਼ੀਰੋ ਟੋਲਰੈਂਸ ਆ ਮਾਨਯੋਗ CM ਸਾਹਿਬ ਦੀ ਕਿ ਡਰੱਗਸ ਦੇ ਅਗੇਂਸਟ ਐਕਸ਼ਨ ਵੀ ਲੈਣਾ ਹੈ ਔਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਚਾਹੇ ਉਹ ਕਿਸੇ ਵੀ ਲੈਵਲ ਦਾ ਅਫੀਸ਼ੀਅਲ ਹੋਵੇ ਉਹਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਊਗੀ। ਸੋ ਉਹ ਵੀ ਜਿਹੜੀ ਮੁਹਿੰਮ ਆ ਇਹਦੇ ਵਿੱਚ ਜਾਰੀ ਹੈ। ਇੱਕ ਹੋਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਇੰਸਪੈਕਟਰ ਜਿਹੜਾ ਪਰਮਿੰਦਰ ਬਾਜਵਾ ਜਿਹਨੂੰ ਡਿਸਮਿਸ ਕੀਤਾ ਸੀਗਾ, ਅੱਜ ਫਿਰੋਜ਼ਪੁਰ ਪੁਲਿਸ ਨੇ ਉਹਦੇ ਘਰ ਵੀ ਰੇਡ ਕੀਤੀ ਸੀਗੀ ਔਰ ਉਹਦੇ ਘਰੋਂ 4 ਕਿਲੋ ਔਰ ਕੁਛ ਗ੍ਰਾਮ ਨਸ਼ੀਲਾ ਪਾਊਡਰ ਮਿਲਿਆ ਵਾ ਔਰ 3700 ਟੈਬਲੇਟਸ ਕੈਪਸੂਲਸ ਮਿਲੇ ਉਹਦੇ ਘਰੋਂ, ਉਹਦੇ 'ਤੇ ਅਲੱਗ ਤੋਂ ਇੱਕ ਪਰਚਾ ਦਰਜ ਕੀਤਾ ਗਿਆ ਵਾ ਫਿਰੋਜ਼ਪੁਰ ਦੇ ਵਿੱਚ। ਸੋ ਉਹ ਤਫਤੀਸ਼ ਜਿਹੜੀ ਆ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਾਰੀ ਆ। ਆਲਰੇਡੀ ਇੰਸਪੈਕਟਰ ਡਿਸਮਿਸਡ ਆ, ਜਿਹੜੇ 4 ਉਹਦੇ 'ਚ ਦੋਸ਼ੀ ਸੀਗੇ ਜਿਹੜਾ ਪਿੱਛੇ ਕੇਸ ਹੋਇਆ ਸੀਗਾ ਉਹ 'ਚੋਂ 3 ਅਰੈਸਟ ਹੋ ਗਏ ਸੀਗੇ ਔਰ ਇਹ ਇੰਸਪੈਕਟਰ ਜਿਹੜਾ ਇਹ ਅਜੇ ਅਰੈਸਟ ਹੋਣ ਵਾਲਾ ਰਹਿੰਦਾ ਵਾ ਔਰ ਆਲਰੇਡੀ ਡਿਸਮਿਸ ਕੀਤਾ ਗਿਆ ਵਾ। ਸੋ ਅੱਜ ਇਹਦੇ ਪ੍ਰਾਈਵੇਟ ਰੈਜੀਡੈਂਸ 'ਤੇ ਰੇਡ ਕਰਕੇ ਉੱਥੋਂ 4 ਕਿਲੋ ਤੋਂ ਜ਼ਿਆਦਾ ਇਹ ਪਾਊਡਰ ਔਰ ਟੈਬਲੇਟਸ ਜਿਹੜੀਆਂ ਮਿਲੀਆਂ ਜਿਹਦੇ ਸੰਬੰਧ 'ਚ ਅਲੱਗ ਤੋਂ FIR ਦਰਜ ਕੀਤੀ ਗਈ। ਇਨਟੋਕਸੀਕੇਟਿੰਗ ਪਾਊਡਰ ਆ ਉਹ ਫਿਰ ਟੈਸਟਿੰਗ ਜਦੋਂ ਹੁੰਦੀ ਆ ਉਦੋਂ ਕਲੀਅਰ ਹੋ ਜਾਏਗਾ ਕਿ ਕੀ ਹੈਗਾ, ਕਿਉਂਕਿ ਪ੍ਰਾਇਮਰੀ ਤੌਰ 'ਤੇ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਵੀ ਉਹ ਪਾਊਡਰ ਇਨਟੋਕਸੀਕੇਟਿੰਗ ਆ, ਮਤਲਬ ਕੋਈ ਨਸ਼ੀਲਾ ਪਾਊਡਰ ਆ, ਅਜੇ ਫਰਾਰ ਆ, ਭਾਲ ਜਾਰੀ ਆ, ਜਲਦੀ ਅਰੈਸਟ ਹੋ ਜਾਏਗਾ। ਸੋ ਜਿਹੜੀ ਲਾਸਟ ਵੀਕ ਦੀ ਪਰਫੋਰਮੈਂਸ ਸੀਗੀ ਉਹਦੇ ਵਿੱਚ ਜਿਹੜੇ ਕੇਸਿਸ ਆਪਾਂ ਦਰਜ ਕੀਤੇ ਆ 45, ਉਹਦੇ 'ਚ ਮੈਕਸੀਮਮ ਮੋਗਾ ਜ਼ਿਲ੍ਹੇ ਨੇ ਕੀਤੇ ਆ 7 ਕੇਸਿਸ, 4 ਕੇਸਿਸ ਲੁਧਿਆਣਾ ਕਮਿਸ਼ਨਰੇਟ ਨੇ ਔਰ 4 ਮੁਕਤਸਰ ਨੇ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ ਕੇਸਿਸ ਆ। ਔਰ ਜਿਹੜੇ ਮੀਡੀਅਮ ਕੁਆਂਟਿਟੀ ਦੇ ਕੇਸਿਸ ਆ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 31, ਫਿਰੋਜ਼ਪੁਰ 'ਚ 14 ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ 12। ਸਮਾਲ ਕੁਆਂਟਿਟੀ ਵਾਲੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 16, ਗੁਰਦਾਸਪੁਰ 4 ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ 5 ਕੇਸਿਸ ਦਰਜ ਕੀਤੇ ਗਏ ਆ। ਸੋ ਇਹ ਜਿਹੜਾ ਅਸੀਂ ਪਰਫੋਰਮੈਂਸ ਜਿਹੜੀ ਐਨਾਲਾਈਜ਼ ਦੀ ਮੈਂ ਗੱਲ ਕਰ ਰਿਹਾ ਵਾਂ ਉਹ ਪੂਰਾ ਜ਼ਿਲ੍ਹੇ ਦਾ ਕਿਸ ਤਰ੍ਹਾਂ ਦੀ ਰਿਕਵਰੀ ਹੈ, ਸਭ ਤੋਂ ਵੱਧ ਵੇਟੇਜ ਜਿਹੜੀ ਦਿੱਤੀ ਗਈ ਹੈ ਉਹ ਕਮਰਸ਼ੀਅਲ ਕੁਆਂਟਿਟੀ ਨੂੰ ਦਿੱਤੀ ਗਈ ਆ, ਕਿਉਂਕਿ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਜ਼ਾ ਸਭ ਤੋਂ ਵੱਧ ਹੁੰਦੀ ਆ। ਦੂਸਰੇ ਨੰਬਰ 'ਤੇ ਨੰਬਰ ਆਫ FIRs ਕਿੰਨੀਆਂ ਨੇ ਔਰ ਕੀ ਰਿਕਵਰੀ ਉਹਦੇ ਵਿੱਚ ਕੀਤੀ ਗਈ ਆ, ਔਰ ਸਭ ਨਾਲ ਨਾਲ ਇਹ ਵੀ ਧਿਆਨ ਰੱਖਿਆ ਕਿਉਂਕਿ ਜ਼ਿਲ੍ਹੇ ਦਾ ਸਾਈਜ਼ ਕੀ ਆ। ਸੋ ਜ਼ਿਲ੍ਹਿਆਂ ਨੂੰ ਅਸੀਂ 3 ਅਲੱਗ ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕਰਕੇ ਜਿਹਦੇ ਵਿੱਚ ਥਾਣਿਆਂ ਦੀ ਜਿਹੜੀ ਸੰਖਿਆ ਉਹਦੇ ਹਿਸਾਬ ਨਾਲ
कि 15 तो वध जिहड़े थाने आ, फिर 10 तो 15 थाने, फिर 10 तो घट थाने। सो उन्हां तीन ग्रुप्स के विच, क्योंकि हर जदों आपां कोई किसी का दूसरे नाल कंपैरिजन करदे, बहुत जरूरी है कि मापदंड जिहड़े आ वो भी बराबरता दे होण। सो वो तीन ग्रुप च डिवाइड करके फिर उन्हां दी परफॉर्मेंस रिव्यू करके फिर हर ग्रुप चो एक एक जिला टॉप ते कढ़ के, वो तीन जिले जिहड़े टॉप ते निकलणगे उन्हां नूं फिर अवार्ड किया जाएगा। इस कॉन्टेक्स्ट दे विच होर तुहाडा कोई क्वेश्चन होवे कोई स्पेसिफिक? बहुत ज़्यादा मिल रहा जी, जिदा हुण मेरा नंबर जी काफ़ी सरकूलेट होया, ईवन मेरा परसनल जिहड़ा मोबाइल नंबर आ उहदे ते काफ़ी फोन आउंदे आ, काफ़ी इनफॉर्मेशन आउंदी आ और काफ़ी उपलब्धियां भी होंदियां उस पेज ते। So, जी पुछो पुछो। ओ, देखो हर हर जिले दे विच जिहड़ियां स्पैशल ब्रांच होंदी हर जिले दे विच, जिहड़ी कि कई बारी इनएक्टिव होंदी है पर अजकल उहनूं बहुत एक्टिवेट किया गया स्पैशल ब्रांचिज नूं। हर जिले की स्पैशल ब्रांच का एक इंस्पैक्टर जां डीएसपी इंचार्ज आ डिपेंडिंग अपॉन द साइज ऑफ द डिस्ट्रिक्ट। जिदा ज़्यादातर जिलों के डीएसपी स्पैशल ब्रांच या एसीपी स्पैशल ब्रांच या जिहड़े वड्डे जिले ने जिदा कमिश्नरेट आ उत्थे एडीसीपी लैवल के अफसर भी लगाए गए। सो वो जिहड़ी स्पैशल ब्रांच के जिहड़े ऑफिसर लगाए गए आ वो इंटरनल इंटैलीजेंस का काम करते हैं। सो उन्हां तो इनफॉर्मेशन बहुत सारी आउंदी आ और बहुत सारिया जिदा मैं दस्सिया जिहड़ियां आ वाली जिहड़ी इनफॉर्मेशन फिरोजपुर वाली सी ये भी पुलिस ने इंटरनली आपे लभ के आप ही उन्होंने उत्ते एक्शन लिया। सिमिलरली बाकी जिलों के भी ईवन मानयोग सीएम साहब और डीजी साहब दियां भी हदायतां हैं कि इन्हां नूं होर एक्टिवेट किया जाए। ये दोनों काम करते हैं, मतलब ऑर्गेनाइज्ड क्राइम की इनफॉर्मेशन भी, ड्रग्स की इनफॉर्मेशन भी, और जिहड़े साढ़े कोई पुलिस मुलाजम गलत काम च इनवॉल्व आ किसी भी तरह के उन्होंने बारे भी जानकारी दें। डिसिप्लिन एक्शन सस्पेंड किया गया है, फर्दर अजे डिपार्टमेंटल इनक्वायरी जी चल रही है, एफ आई आर अरेस्ट ऑलरेडी हो चुका है। वो एफ आई आर से जिदे वो किसी ड्रग दे इनवॉल्व जो बंदा सीगा उसकी दलाली कर रहा है, बेसिकली उन्होंने बचाने की कोशिश कर रहा है। सो उस केस च करप्शन एक्ट परचा दर्ज करके उन्हों अरैसट किया गया है और वो केस की जी जांच आ जी इन्वेस्टिगेशन हूँ विजिलेंस डिपार्टमेंट कर रहा वा ता जो निरपक्ष उसकी जांच हो बिना किसी भेदभाव तो ठीक तरीके हो विजिलेंस डिपार्टमेंट को रैफर कर दी गई सी जांच। नहीं अजे अजे इदा की जानकारी आई नहीं सामने, जो कोई कोई तत्थ कोई यह जाएगा तो जरूर आपे नॉलेज से लगे आवेंगे। अजय वो ना जोड़े अक्यूज से तीन अजय रेंदे फड़े जाने वाले, सो उदे लगे हुए इन्वेस्टिगेशन टीम जी लगी हुई है बट अजे फरदर अजे नहीं हुई डिवेलपमेंट पीरियड में। नहीं अजे हुए नहीं अरेस्ट, जो भी होने इमीजिएटली दसागे थोड़ा, अजे वे अरेस्ट नहीं है अजे उत्थे तक ही अजे ने दसा। बाकी मलेरकोटला का इंसीडेंट होया सीगा वो सॉर्ट आउट ट्रेस हो गया वा, उहदे बारे च आई जी पटियाला जोन अलग तो प्रेस कॉन्फ्रेंस करनगे, वो सारा डिटेल वो दसणगे करीब 4:30 to 5 के दरम्यान वो प्रेस कॉन्फ्रेंस करनगे, क्योंकि उन्होंने आप उन्होंने सुपरविजन सारी तफ्तीश हुई है। हाँ जी नहीं उत्थे ही करनगे मलेरकोटला च करनगे।